ਸਤਰੀਏ ਕਾਜੀ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਦੁਬਾਰਾ ਖੁੱਲ੍ਹ ਸਕਦੇ ਨੇ ਇਸ ਖਬਰ ਦੀ ਚਰਚਾ ਕਾਫੀ ਦਿਨਾਂ ਤੋਂ ਦੇਖਣ ਨੂੰ ਮਿਲ ਰਹੀ ਹੈ ਅਤੇ ਪਿਛਲੇ ਦਿਨੀ ਬਲੂਮਬਰਗ ਦੇ ਵਿੱਚ ਇਹ ਖਬਰ ਵੀ ਪਬਲਿਸ਼ ਹੋਈ ਕਿ ਕੈਨੇਡਾ ਸਰਕਾਰ ਨੇ ਅਮਰੀਕਾ ਦੇ ਨਾਲ ਕੈਨੇਡਾ ਯੂ ਐਸ ਬਾਰਡਰ ਰੀ ਓਪਨ ਕਰਨ ਦੇ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਕੀ ਹੈ ਪੂਰੀ ਅਪਡੇਟ ਸਾਰਾ ਕੁਝ ਦੱਸਾਂਗੇ ਇਸ ਵੀਡੀਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਟਰਨ ਨੇ ਕੈਨੇਡਾ ਯੂਐਸ ਬਾਰਡਰ ਨੂੰ ਮੁੜ ਤੋਂ ਖੋਲਣ ਦੇ ਬਾਰੇ ਬੋਲਦੇ ਹੋਏ ਇਹ ਕਿਹਾ ਕਿ ਅਸੀਂ ਅਮਰੀਕਨ ਅਥਾਰਟिटीज ਅਤੇ ਕੈਨੇਡੀਅਨ ਐਕਸਪਰਟ ਦੇ ਨਾਲ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਕਿ ਅਸੀਂ ਕਿਸ ਤਰ੍ਹਾਂ ਅੱਗੇ ਵਧੀਏ ਜੋ ਕੈਨੇਡੀਅਨਸ ਦੇ ਲਈ ਵੀ ਸੁਰੱਖਿਅਤ ਹੋਵੇ ਉਨਾ ਕਿ ਆ ਕਿ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਕਰੋਨਾ ਵਾਇਰਸ ਦੀ ਤੀਸਰੀ ਵੇਵ ਦੇ ਪ੍ਰਭਾਵ ਤੋਂ ਅਸੀਂ ਬਾਹਰ ਨਹੀਂ ਆਏ ਅਤੇ ਕੋਵਿਡ-19 ట్రాన్స్‌ਮਿਸ਼ਨ ਚਿੰਤਾ ਦਾ ਵਿਸ਼ਾ ਹੈ ਅਤੇ ਅਸੀਂ ਆਪਣੇ ਪਾਰਟਨਰਸ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਸਾਰੇ ਉਤਸ਼ਾਹ ਕਾ ਕਿ ਸਭ ਕੁਝ ਪਹਿਲੇ ਦੀ ਤਰ੍ਹਾਂ ਨਾਰਮਲ ਹੋ ਜਾਵੇ ਪਰ ਇਸ ਤੋਂ ਪਹਿਲਾਂ ਕਿ ਅਸੀਂ ਸਭ ਕੁਝ ਪਹਿਲਾਂ ਦੀ ਤਰ੍ਹਾਂ ਨਾਰਮਲ ਹੋ ਜਾਵੇ ਇਸ ਦੇ ਵੱਲ ਅੱਗੇ ਵਧੀਏ ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਕੇਸਿਸ ਅੰਡਰ ਕੰਟਰੋਲ ਹੋਣ ਅਤੇ 75% ਦੇ ਕੈਂਡੀਡੀਅਟਸ ਨੂੰ ਵੈਕਸੀਨ ਲੱਗ ਜਾਵੇ in regards to the canada-us border we continue to work very closely uh, with American authorities uh, and with uh, Canadian experts on uh, how we can move forward in a way that is safe for Canadians uh, we know that we are uh, not yet out of this third wave uh, we know that there are still uh, real concerns around transmission of the virus but we will continue uh, to work with our partners and hopefully uh, get to a better place uh, uh, when uh, when the time is is appropriate uh, we're all eager to get back to normal but we know that before we get back to normal cases need to be under control and uh, over 75% of people need to be vaccinated uh, for us to start loosening things in canada and we'll see uh, what uh, framework we apply to ensure that we're keeping canadians safe even as we look to uh, eventually uh, changing the restrictions and the posture at the border